ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰ ਪੰਜਾਬ ਦੇ ਸਪੋਰਟਸ ਵਿਭਾਗ ਵੱਲੋਂ ਰਲ ਕੇ ਕੀਤੀ ਜਾ ਰਹੀ ਹੈ। ਦੋ ਇਹਦੇ ਮੁੱਖ ਉਦੇਸ਼ ਹੈ ਕਿ ਆਪਣੀ ਸਿਹਤ ਨਰੋਈ ਰੱਖਣ ਦੇ ਲਈ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ, ਔਰ ਦੂਸਰਾ ਜਿਹੜਾ ਸਾਡੇ ਚੋਣਾਂ ਹੋਣ ਜਾ ਰਹੀਆਂ, ਇਲੈਕਸ਼ਨ ਕਮਿਸ਼ਨ ਕੀਤਾ ਗਿਆ ਦਾ ਪ੍ਰੋਗਰਾਮ, ਉਹਦੇ ਮੁਤਾਬਕ ਸਾਰਿਆਂ ਨੂੰ ਆਪਣੇ ਵੋਟਿੰਗ ਦੇ ਹੱਕ ਔਰ ਆਪਣੀ ਜ਼ਿੰਮੇਵਾਰੀ ਪ੍ਰਤੀ ਜਾਗਰੂਕ ਕਰਨਾ ਇਹ ਮੁੱਖ ਉਦੇਸ਼ ਹੈਗੇ ਆ। ਲੋਕਾਂ ਨੂੰ ਇਹ ਪਤਾ ਲੱਗੇ ਕਿ ਜੀ ਸਾਡਾ ਇਹ ਹੱਕ ਵੀ ਹੈ ਅਤੇ ਸਾਡੀ ਜ਼ਿੰਮੇਵਾਰੀ ਵੀ ਹੈ, ਅਸੀਂ ਜਾ ਕੇ ਵੋਟ ਪਾਈਏ ਔਰ ਦੂਜਿਆਂ ਨੂੰ ਵੀ ਪ੍ਰੇਰਿਤ ਕਰੀਏ। ਔਰ ਇਹ ਕਰਨ ਦੇ ਲਈ ਇਹ ਜਿਹੜਾ ਮੈਰਾਥਨ ਹੈਗਾ ਇੱਕ ਬੜਾ ਵਧੀਆ ਤਰੀਕਾ ਹੈਗਾ ਕਿ ਕੱਚੇ ਤਰੀਕ ਨੂੰ 5:30 ਵਜੇ ਉੱਥੇ ਪਾਈਟੈਕਸ ਗਰਾਊਂਡ ਦੇ ਵਿੱਚੋਂ ਇਹ ਉੱਥੇ ਇਕੱਠੇ ਹੋਣ ਦਾ ਹੈਗਾ ਸਮਾਂ। ਉਸ ਤੋਂ ਬਾਅਦ ਉੱਥੇ ਵਾਰਮ ਅਪ ਹੋ ਕੇ ਔਰ ਉੱਥੋਂ ਰੇਸ ਸ਼ੁਰੂ ਹੋਣਗੀਆਂ। ਇਹ ਦੋ ਰੇਸਿਸ ਸ਼ੁਰੂ ਹੋਣਗੀਆਂ ਜੀ, 5 ਕਿਲੋਮੀਟਰ ਦੀ, 10 ਕਿਲੋਮੀਟਰ ਦੀ। ਜਿਹਦੇ ਵਿੱਚ ਵੀ ਹਿੱਸਾ ਲੈਣਾ ਚਾਹੁੰਦੇ ਆ ਸਾਰਿਆਂ ਨੂੰ ਨਿਘਾ ਸਕਦਾ, ਕਿਉਂਕਿ ਇਹ ਕੋਈ ਰੇਸ ਕਿਸੇ ਵਿਸ਼ੇਸ਼ ਬੰਦੇ ਦੀ ਨਹੀਂ ਹੈ, ਕਿਸੇ ਵਿਸ਼ੇਸ਼ ਸੰਸਥਾ ਦੀ ਹੈ, ਸਾਰੇ ਅੰਮ੍ਰਿਤਸਰ ਦੀ ਰੇਸ ਹੈ ਜੀ। ਸਾਰੇ ਅੰਮ੍ਰਿਤਸਰ ਵਾਸੀਆਂ ਨੂੰ, ਜੇ ਕੋਈ ਬਾਹਰੋਂ ਆਏ ਹੋਏ ਆ ਤੁਹਾਡੇ ਰਿਸ਼ਤੇਦਾਰ, ਮਹਿਮਾਨ, ਦੋਸਤ, ਉਹ ਵੀ ਮੋਸਟ ਵੈਲਕਮ। ਸਾਰਿਆਂ ਲਈ ਵੀ ਨਿੱਘਾ ਸੱਦਾ ਕਿ ਆ ਕੇ ਇਸ ਮੈਰਾਥਨ ਦੇ ਵਿੱਚ ਭਾਗ ਲੈਣ